ਹੋਰ ਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਜੀ। ਮੈਂ ਸੁੱਖੀ ਟਿਵਾਣਾ, ਟਿਵਾਣਾ ਸੀਡ ਸਟੋਰ ਤੋਂ, ਅਤੇ ਤੁਸੀਂ ਦੇਖ ਰਹੇ ਹੋ ਆਪਣਾ ਯੂਟਿਊਬ ਚੈਨਲ ਖੇਤੀ ਇਨਫੋ। ਅਤੇ ਇਹ ਦੇਖ ਸਕਦਾ ਕਿਸਾਨ ਵੀਰੋ ਆਪਣਾ 1692 ਜਿਹੜਾ ਪੂਸਾ ਬਾਸਮਤੀ 1692 ਜਿਹੜਾ 1509 ਦਾ ਬਦਲ ਆਪਾਂ ਨੇ ਵੀ ਇਸ ਵਾਰ ਕਾਫੀ ਕਿਸਾਨ ਵੀਰਾਂ ਨੂੰ ਬੀਜ ਇਹ ਦਿੱਤਾ ਹੈਗਾ। ਅਤੇ ਵਰਾਇਟੀ ਬਹੁਤ ਟੋਪ ਹੈ ਜੀ, ਇਹ ਦੇਖ ਸਕਦੇ ਆਪਾਂ ਨਿਸਾਰਾ ਜਿਹੜਾ ਹੈਗਾ ਸਾਰਾ ਇੱਕ ਸਾਰ ਹੋ ਗਿਆ। ਅਤੇ ਆਪਣਾ ਅਗੇਤਾ ਦੇਖ ਸਕਦੇ ਹਾਂ ਕਿ ਲਾਇਆ ਹੋਇਆ, ਜਿਹੜਾ ਜਿਵੇਂ ਆਲੂ ਵਾਲਾ ਵਾਹਣ ਜਿਹੜਾ ਹੈਗਾ ਨਾ, ਤਾਂ ਆਲੂ ਵਾਲਾ ਹੈਗਾ ਸੀ ਇਹ, ਅਜੇ ਵੀ ਪਰ ਲੈ ਜੂਗਾ ਟਾਈਮ, ਬਹੁਤ ਜ਼ਿਆਦਾ ਅਗੇਤਾ ਨਹੀਂ ਹੈਗਾ ਇਹ। ਇਹ ਆਪਾਂ ਮੰਨ ਸਕਦੇ ਹਾਂ ਕਿ ਸਤੰਬਰ ਦੇ ਲਾਸਟ ਦੇ ਵਿੱਚ ਜਾ ਕੇ ਕਿਤੇ ਵੱਢਿਆ ਜਾਊਗਾ। ਅਤੇ ਸਾਰਾ ਦੇਖ ਸਕਦੇ ਹੋ ਤੁਸੀਂ ਫਸਲ ਝੰਡਾ ਬਾਈ ਜੀ, ਕੋਈ ਐਤਕੀ ਵੀ ਨਹੀਂ ਆਇਆ, ਕਿਉਂਕਿ ਜਦੋਂ ਆਪਾਂ ਟ੍ਰੀਟਮੈਂਟ ਜਿਹੜਾ ਹੈਗਾ ਨਾ ਪ੍ਰੋਪਰ ਅਗਰ ਕਰ ਦਈਏ ਵਿੱਚ ਵੀ ਜਾ ਕੇ ਦੇਖ ਲੈਂਦੇ ਆਪਾਂ ਕਿ ਜਦੋਂ ਆਪਾਂ ਦੇਖੋ ਝੰਡਾ ਜਿਹੜਾ ਹੈਗਾ ਉਹਦਾ ਟ੍ਰੀਟਮੈਂਟ ਪ੍ਰੋਪਰ ਕਰ ਦਿੰਦੇ ਹਾਂ ਤਾਂ ਝੰਡੇ ਦੀ ਕੋਈ ਇੱਦਾਂ ਦੀ ਨਹੀਂ ਹੁੰਦੀ ਕਿ ਝੰਡਾ ਆਊਗਾ। ਜਦੋਂ ਆਪਾਂ ਇਹ ਰੱਖ ਲੈਂਦੇ ਵੀ ਯਾਰ ਕੋਈ ਗੱਲ ਨਹੀਂ ਜਦੋਂ ਝੰਡਾ ਆਊਗਾ ਉਦੋਂ ਦੇਖਾਂਗੇ, ਤਾਂ ਉਸ ਟਾਈਮ 'ਤੇ ਫਿਰ ਜੇ ਝੰਡਾ ਆ ਜਾਵੇ ਉਹਦੀ ਰੋਕਥਾਮ ਕਰਨੀ ਆਪਾਂ ਨੂੰ ਪਤਾ ਕਿ ਮੁਸ਼ਕਲ ਬਹੁਤ ਹੋ ਜਾਂਦੀ ਹੈ, ਹੈ ਨਾ। ਕੋਈ ਕੰਡੀ ਰੋਗ ਅਜੇ ਨਹੀਂ ਆਇਆ। ਅਤੇ ਬਾਕੀ ਆਪਾਂ ਸਪਰੇਅ ਜਿਹੜੇ ਹੈਗੇ, ਦੇਖੋ ਸਪਰੇਅ ਆਪਾਂ ਐਡਵਾਂਸ ਦੇ ਵਿੱਚ ਸਾਰੇ ਕਰਦੇ ਹਾਂ ਬਾਈ, ਦੋ ਸਪਰੇਅ ਕਰੇ ਨੇ ਆਪਾਂ ਨੇ ਫੰਗੀਸਾਈਡ ਨੂੰ। ਇੱਕ ਤਾਂ ਪਹਿਲਾਂ ਕਰਤਾ ਸੀਗਾ ਜਿਸ ਦਿਨ ਉਹ ਦਿਨ ਆਇਆ ਸੀਗਾ, ਮੈਂ ਉਦੋਂ ਦੱਸਿਆ ਸੀ ਤੁਹਾਨੂੰ, ਹੈ ਨਾ। ਅਤੇ ਬਾਕੀ ਇੱਕ ਹੁਣ ਕੀਤਾ ਹੈਗਾ ਨਸਾਰੇ ਤੋਂ ਪਹਿਲਾਂ ਇਹਨੂੰ ਠੀਕ। ਅਤੇ ਜਿਹੜੇ ਸਪਰੇਅ ਆਪਾਂ ਕਰਦੇ ਉਹ ਬਾਈ ਵੀਡੀਓਜ਼ ਦੇ ਵਿੱਚ ਸਾਰਾ ਕੁਛ ਕੀਤਾ ਦੱਸਿਆ ਪਿਆ ਮੇਰਾ, ਠੀਕ ਹੈ। ਉਹ ਆਪਾਂ ਦੇਖ ਸਕਦੇ ਹਾਂ ਪਿਛਲੇ ਸਾਲ ਦੀਆਂ ਵੀਡੀਓ ਵੀ ਦੇਖ ਸਕਦਾ, ਵੈਸੇ ਵੀ ਬਣਾਈਆਂ ਹੋਈਆਂ ਨੇ ਮੇਰੇ ਤਾਂ ਵੀਡੀਓ, ਬਾਸਮਤੀ ਵਾਲੇ ਅਲੱਗ ਬਣਾਈਆਂ ਹੋਈਆਂ ਨੇ ਅਤੇ ਜਿਹੜੇ ਪਰਮਲ ਝੋਨੇ ਉਹਨਾਂ ਦੀ ਅਲੱਗ ਬਣਾਈਆਂ ਹੋਈਆਂ ਨੇ। ਤਾਂ ਇਹ ਸਾਰੀ ਦੀ ਸਾਰੀ ਇਹਦੀ ਡਿਟੇਲ ਹੈਗੀ ਹੈ, ਕਿਉਂਕਿ ਇਹ ਮੈਂ ਹੁਣ ਲਾਸਟ ਦੇ ਵਿੱਚ ਵੀਡੀਓ ਬਣਾਉਣੀਆਂ ਪੈ ਗਈਆਂ। ਮੈਨੂੰ ਕਈ ਵੀਰ ਕਹਿ ਰਹੇ ਸੀਗੇ ਜਿਵੇਂ ਪਹਿਲੀ ਵੀਡੀਓ 'ਚ ਵੀ ਕਿਹਾ ਕਿ ਯਾਰ ਤੁਸੀਂ ਪਿਛਲੀ ਵਾਰ ਤਾਂ ਇਹਦੀਆਂ ਵੀਡੀਓ ਪਾਤੀ, ਐਤਕੀ ਵੀ ਵੀਡੀਓ ਨਹੀਂ ਪਾਈ। ਅਤੇ ਪਰ ਮੈਨੂੰ ਇਹ ਸੀਗਾ ਕਿ ਜਦੋਂ ਪਿਛਲੀ ਵਾਰੀ ਆਪਾਂ ਨੇ ਵੀਡੀਓ ਸਾਰੀਆਂ ਪਾਤੀਆਂ ਤਾਂ ਐਤਕੀ ਵੀਡੀਓ ਪਾਉਣ ਦੀ ਜ਼ਰੂਰਤ ਵੀ ਕੀ ਹੈ, ਹੈ ਨਾ। ਅਤੇ ਚਲੋ ਫਿਰ ਵੀ ਆਪਾਂ ਪਾਤੀ, ਅਤੇ ਇੱਕ ਪੱਕੀ ਦੀ ਵੀ ਆਪਾਂ ਪਾ ਦੇਵਾਂਗੇ ਨਾਲ, ਠੀਕ ਹੈ। ਅੱਜ ਆਪਾਂ ਰੋਗਿੰਗ ਕਰ ਰਹੇ ਸੀਗੇ ਕਿ ਜੇ ਕੋਈ ਬੂਝਾ ਮੰਨ ਲਓ ਰਹਿ ਰੂ ਜਾਂਦਾ ਤਾਂ ਉਹ ਵੀ ਆਪਾਂ ਨੇ ਕੱਢਤਾ। ਹੁਣ ਦੇਖ ਸਕਦੇ ਆਪਾਂ ਖੇਤ ਦਾ ਬਿਲਕੁਲ ਇਕਸਾਰ ਹੈਗਾ ਇਹ, ਕੋਈ ਇਹਦੇ 'ਚ ਬੂਝਾ ਨਹੀਂ ਹੈਗਾ। ਅਤੇ ਬਾਕੀ ਝਾੜ ਜਿਹੜਾ ਹੈਗਾ ਐਤਕੀ, ਹੁਣ ਅਗੇਤੇ ਹੀ ਦੋ ਵੀਰਾਂ ਨੇ ਦੱਸਿਆ ਆਪਾਂ ਨੂੰ, ਉਹ 26-27 ਕੁਇੰਟਲ ਦੀ ਗੱਲ ਕਰ ਰਹੇ ਨੇ। ਅਗਰ 26-27 ਕੁਇੰਟਲ ਦੇਖੋ ਅਗੇਤੀ ਦਾ ਜਿਹੜਾ ਝਾੜ ਆ ਗਿਆ ਤਾਂ ਫਿਰ ਪਛੇਤੀ ਦਾ ਤਾਂ ਵਧਣਾ ਹੀ ਹੈ, ਕਿਉਂਕਿ ਆਪਣੇ ਕੋਲ ਵੀ ਪਿਛਲੀ ਵਾਰ ਆਪਾਂ ਤਾਂ ਥੋੜ੍ਹਾ ਜਿਹਾ ਲੇਟ ਹੀ ਲਾਇਆ ਸੀ, ਦੇਖੋ ਜੁਲਾਈ 'ਚ ਲਾਇਆ ਸੀ ਅਤੇ ਫਿਰ ਵੀ ਮੌਸਮ ਵੀ ਖਰਾਬ ਸੀਗਾ, ਬਾਰਿਸ਼ਾਂ ਬੁਰਸ਼ਾਂ ਹੋਈ ਗਈਆਂ ਨੇ, ਅਤੇ ਉਹਦੇ ਬਾਵਜੂਦ ਵੀ ਆਪਣਾ ਜਿਹੜਾ ਝਾੜ ਹੈਗਾ ਸੀ ਉਹ 27 ਕੁਇੰਟਲ ਤੋਂ ਪਲੱਸ ਹੀ ਸੀਗਾ। ਅਤੇ ਹੁਣ ਅਗੇਤੇ ਦਾ ਅਗਰ 27 ਆ ਰਿਹਾ ਤਾਂ ਲੇਟ ਦਾ ਆਪਾਂ ਆਪ ਆਈਡੀਆ ਲਾ ਸਕਦੇ ਹਾਂ ਕਿ ਵਧੂ ਇਦੋਂ ਘੱਟਦਾ ਤਾਂ ਨਹੀਂ, ਜੇ ਨਹੀਂ ਵੀ ਵਧੂ ਅਗਰ ਬਾਈ 27 ਕੁਇੰਟਲ ਝਾੜ ਆ ਜਾਂਦਾ ਉਹ ਵੀ ਬਹੁਤ ਹੋ ਜਾਂਦਾ ਬਾਸਮਤੀ ਦਾ, ਨਾਲ ਸਭ ਤੋਂ ਘੱਟ ਟਾਈਮ ਦੀ ਵਰਾਇਟੀ ਹੈ, ਦੇਖੋ 115 ਦਿਨ ਦੀ ਵਰਾਇਟੀ ਹੈ ਟੋਟਲ ਇਹ, ਹੈ ਨਾ। ਚਲੋ ਠੀਕ ਹੈ ਜੀ, ਇੰਨੀਓ ਗੱਲ ਕਰ ਲੈਂਦੇ ਇਸ ਵੀਡੀਓ ਦੇ ਵਿੱਚ ਤਾਂ, ਅਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪੱਕਿਆ ਹੋਇਆ ਜਿਹੜਾ ਹੋਊਗਾ ਇਹ ਬਿਲਕੁਲ ਉਦੋਂ ਵੀ ਦਿਖਾ ਦੇਵਾਂਗੇ। ਸੋ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਸਾਰਿਆਂ ਦਾ।